ਹਾਂਜੀ ਵੀਰ ਜੀ, ਸਾਰੇ ਵੀਰ ਸਤਿ ਸ਼੍ਰੀ ਅਕਾਲ ਜੀ। ਅੱਜ ਵੀਰ ਜੀ ਬਹੁਤ ਹੀ ਚੰਗੀਆਂ ਸ਼ਾਨਦਾਰ ਝੋਟੀਆਂ ਦਿਖਾਵਾਂਗੇ ਜੀ, ਠੀਕ ਹੈ, ਨੀਲੀ ਰਾਵੀ ਦੀਆਂ ਅਤੇ ਕੁਛ ਕੁ ਮੋਹਰਾਂ ਦੀਆਂ ਹੋਣਗੀਆਂ। ਇਹਨਾਂ ਵੀਰ ਜੀ ਨੇ ਗੱਲਬਾਤ ਕਰਾਂਗੇ ਜੀ, ਕੀ ਰਿਕਾਰਡ ਹੈ ਜੀ, ਵੈਸੇ ਤਾਂ ਖਰੀਦ ਕੇ ਲਿਆਏ ਹੋਣੇ ਜੀ, ਇਹ ਸੇਲ ਪਰਚੇ ਦਾ ਕੰਮ ਕਰਦੇ ਜੀ। ਤਾਂ ਹੁਣ ਇਹਨੇ ਵੀਰ ਜੀ ਪੁੱਛਿਆ, ਚਲੋ ਰਿਕਾਰਡ ਰਿਕੂਰਡ ਮਾੜਾ ਬੜਾ ਪੁੱਛਿਆ ਹੋਊਗਾ, ਪਤਾ ਕਰਾਂਗੇ, ਠੀਕ ਹੈ ਜੀ ਇਹਨਾਂ ਕੋਲ। ਤਾਂ ਹੁਣ ਇਹਨੇ ਨਾਮ ਪੁੱਛਿਆ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਪਹਿਲੇ ਆਦ ਬਾਰੇ ਡਿਟੇਲ ਦੱਸੋ ਸਾਰੀ ਜੀ। ਵੀਰ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ, ਪਿੰਡ ਦੌਲਤਪੁਰ ਉੱਚਾ, ਜ਼ਿਲ੍ਹਾ ਮੋਗਾ। ਠੀਕ ਹੈ ਜੀ। ਤੇ ਵੀਰ ਜੀ ਹੁਣ ਇਹ ਦੱਸੋ, ਆਪਣੇ ਮਤਲਬ ਕਿ ਜਿੰਨੇ ਵੀ ਐਨੀਮਲ ਖੜੇ ਆ ਸਾਰੇ ਸੇਲ ਹੈ ਜੀ? ਹਾਂਜੀ ਸਾਰੇ ਸੇਲ ਹੈ ਜੀ। ਇਹਨਾਂ ਦੇ ਵਿੱਚੋਂ ਜੀ ਆਹ ਦੋ ਝੋਟੀਆਂ ਸੇਲ ਹੋਈਆਂ ਹੋਈਆਂ, ਇੱਕ ਆਹ ਤੇ ਇੱਕ ਆ ਜੀ ਇਹ ਹਰਿਆਣੇ ਜਾ ਰਹੀਆਂ ਸਵੇਰੇ। ਹਰਿਆਣੇ ਜਾ ਰਹੀਆਂ? ਹਾਂਜੀ ਹਰਿਆਣੇ। ਚਲੋ ਡਿਟੇਲ ਪੁੱਛ ਲਾਂਗੇ ਮਾੜੀ ਮੋਟੀ, ਚਲੋ ਹੁਣ ਜੋ ਵੇਖੀ ਗਈ ਹੈ ਕੋਈ ਚੱਕਰ ਨਹੀਂ, ਠੀਕ ਹੈ। ਚਲੋ ਪਰ ਇਹਦੇ ਬਾਰੇ ਗੱਲ ਕਰ ਲਓ, ਕਿੰਨੇ ਚਿਰ ਦੀ ਵੀਰ ਜੀ ਇਹ? ਇਹ 1.5 ਸਾਲ ਦੀ ਕੱਟੀ ਹੈ। 1.5 ਸਾਲ ਦੀ ਆ? ਹਾਂਜੀ ਖੀਰੀ ਆ ਜੀ। ਖੀਰੀ ਆ ਤੇ ਇਹਦਾ ਕੋਈ ਰਿਕਾਰਡ ਪਤਾ ਕੀਤਾ ਨਾ? ਰਿਕਾਰਡ ਜੀ 14 ਕਿਲੋ ਮਦਰ ਮਿਲਕ ਆ। ਅੱਛਾ ਜੀ। ਹਾਂਜੀ। ਤੇ ਇਹਦੇ ਫਾਦਰ ਦਾ ਕੋਈ ਨਾਮ? ਫਾਦਰ ਦਾ ਨਹੀਂ ਪਤਾ ਜੀ, ਉਧਰ ਹੀ ਆਪਣੇ ਫਿਰੋਜ਼ਪੁਰ ਵਾਲੀ ਸਾਈਡ, ਫਿਰੋਜ਼ਪੁਰ ਸਾਈਡ ਤੋਂ ਲੈ ਕੇ ਆਉਂਦੀ ਆ। ਠੀਕ ਠੀਕ ਹੈ ਜੀ, ਠੀਕ ਹੈ। ਤੇ ਵੀਰ ਜੀ ਆ ਫਿਰ ਕਿੰਨੇ ਵਿਕੇ ਦੋਵੇਂ ਜੀ ਇਹ? ਇਹ ਵੀਰ ਜੀ 31,000 ਦੀ ਆ ਵਿਕੀ ਹੈ ਜੀ, 15,000 ਦੀ ਆ ਵਿਕੀ। 31,000 ਦੀ ਆ ਵਿਕੀ, 15,000 ਦੀ ਆ? ਹਾਂਜੀ। ਠੀਕ ਹੈ ਜੀ, ਠੀਕ ਹੈ। ਚਲੋ ਫਿਰ ਇਹਨਾਂ ਨਾਲ ਆਪਾਂ ਗੱਲ ਨਹੀਂ ਕਰਦੇ, ਜਿਹੜੇ ਡੇਮ ਨੂੰ ਪੁੱਛ ਲਈ, ਠੀਕ ਹੈ ਜੀ। ਚਲੋ ਪਹਿਲਾਂ ਇੱਧਰ ਆ ਜਾਓ, ਇੱਕ ਨੰਬਰ ਵਾਲੀ ਤੋਂ ਜੀ। ਤੇ ਵੀਰ ਜੀ ਕਿੰਨੇ ਚਿਰ ਦੀ ਜੀ ਇਹ? ਇਹ ਵੀਰ ਜੀ 6 ਮਹੀਨੇ ਦਾ ਬੱਚਾ ਜੀ। 6 ਮਹੀਨੇ ਦਾ ਬੱਚਾ ਜੀ। ਇਹ ਸਰਕਾਰੀ ਸੀਮਨ ਦਾ? ਸਰਕਾਰੀ। ਵੀਰ ਜੀ ਆਪਾਂ ਸਿਰ ਬੱਚੇ ਦਾ ਕੰਮ ਕਰਦੇ ਜੀ। ਹਾਂਜੀ ਸਿਰ। ਇਹਨਾਂ ਨੇ ਕੋਈ ਰਿਕਾਰਡ ਪਤਾ ਕੀਤਾ ਹੋਵੇ ਤੁਸੀਂ? ਵੀਰ ਜੀ ਇਹਦੀ ਮਾਂ ਥਲੇ 13 ਕਿਲੋ ਦੁੱਧ ਹੈ, 1,00,000 ਰੁਪਈਆ ਲੱਗ ਗਿਆ ਸੀ, ਦਿੱਤੀ ਨਹੀਂ ਗਈ, ਇਹ ਬੱਧਨੀ ਤੋਂ ਆਈ ਆ। ਅੱਛਾ ਬੱਧਨੀ। ਹਾਂਜੀ ਠੀਕ ਹੈ। ਮੋਗੇ ਵਾਲੇ ਬੱਧਨੀ ਉਹ ਆ, ਉਹ ਆਪਣਾ ਹੈਗੇ ਆ ਜਿਹੜੇ ਆਪਣੇ ਕੁੱਜੇ ਕਾਜੇ ਬਣਾਉਂਦੇ ਉਹ ਆ ਬੰਦੇ। ਠੀਕ ਹੈ ਜੀ, ਠੀਕ ਹੈ। ਮਾਂ ਵੀ ਇਹਦੀ ਦੇਖ ਸਕਦੇ ਉੱਥੇ ਜਾ ਕੇ। ਅੱਛਾ ਜੀ, ਅੱਛਾ ਠੀਕ ਹੈ ਜੀ, ਠੀਕ ਹੈ ਜੀ। ਤੇ 6 ਮਹੀਨੇ ਦਾ ਬੱਚਾ ਖੁਦ ਉਹਨਾਂ ਨੂੰ ਪੁੱਛ ਵੀ ਸਕਦੇ ਆ। ਠੀਕ ਠੀਕ ਹੈ ਜੀ, ਠੀਕ ਹੈ। ਉਹ ਆਪਾਂ ਸਾਰੀ ਚੀਜ਼ ਦਿਖਾਈਏ ਜੀ। ਹਾਂਜੀ ਹਾਂਜੀ, ਦੇਖੋ ਜੀ। ਹਾਂ, ਲੰਬਾ ਸਫ਼ਰ ਕਰਕੇ ਆਉਣਾ ਹੁੰਦਾ। ਹਾਂਜੀ। ਤੇ ਬਾਅਦ ਦਿੱਕਤ ਹੁੰਦੀ ਹੈ ਜੀ। ਤੇ ਵੀਰ ਜੀ ਇਹਦੇ ਫਿਰ ਸਿੰਘ ਜਿਹੜੇ ਹੈਗੇ ਆ, ਇਹ ਮਿਣੀ ਹੈ ਜੀ ਫਿਰ ਕਿਸ ਤਰ੍ਹਾਂ? ਵੀਰ ਜੀ ਇਹਦੀ ਮਾਂ ਦੇ ਵੀ ਸਿੰਘ ਇਸੇ ਤਰ੍ਹਾਂ ਹੀ ਆ। ਅੱਛਾ, ਇਸੇ ਤਰ੍ਹਾਂ ਹੀ? ਹਾਂਜੀ, ਇਸੇ ਤਰ੍ਹਾਂ ਤਾਂ ਨੂੰ ਮੋੜ ਦੇਣਗੇ ਬਾਅਦ 'ਚ। ਠੀਕ ਠੀਕ ਠੀਕ। ਹਾਂਜੀ। ਚਲੋ ਇਹਨੂੰ ਮਾੜਾ ਥੋੜ੍ਹਾ ਹਿੱਸਾ ਹੋ ਗਿਆ ਜੀ, ਤਾਂ ਬਹੁਤ ਰਾਜੀ ਆ। ਠੀਕ ਹੈ ਜੀ, ਇਹਨੂੰ ਮਾੜਾ ਖੋਲ ਸਕਦੇ? ਖੋਲੀ ਫਿਰ ਆਪਣੇ ਤੋਰੀਏ ਬਣਾ ਜਾ। ਜਦੋਂ ਲੈ ਕੇ ਆਉਂਦੀ ਸੀ ਮੈਂ, ਬਹੁਤ ਰਾਜੀ ਸੀ ਇਹਦਾ। ਕਈਆਂ ਵੀਰੇ ਫੋਨ ਆਉਂਦੇ ਹੁੰਦੇ ਮਤਲਬ ਕਿ ਜਿਹੜੇ ਕੱਟੀਆਂ ਕੱਟੇ ਹੁਣ ਉਹਨੂੰ ਨਾ ਤੋਰਿਆ ਕਰੋ। ਚਲੋ ਨਹੀਂ, ਹੱਕ ਬਣਦਾ ਜੀ ਤੋਰਨ ਦਾ, ਕਿਉਂਕਿ ਐਂ ਜਾ ਪਤਾ ਲੱਗ ਜਾਂਦਾ ਕਿ ਲੱਤ ਨੁਕਸ ਹੁੰਦਾ। ਹੁਣ ਵੇਖੋ ਤੋਰਾ ਤਾਰਾ, ਵੇਖੋ ਸਹੀ ਹੈ ਜੀ, ਠੀਕ ਹੈ ਜੀ। ਲਿਆਓ ਜੀ ਵੀਰ ਜੀ, ਲਿਆਓ, ਕਿਉਂਕਿ ਸਾਰੀ ਚੀਜ਼ ਦਿਖਾਓ ਜੀ, ਕਿਸੇ ਨੂੰ ਜਿਹੜਾ ਕਿਸੇ ਨੂੰ ਦਿੱਕਤ ਨਾ ਆਵੇ। ਅਤੇ ਵੀਰ ਜੀ ਫਿਰ ਇਹਦਾ ਮੁੱਲ ਕੀ ਹੈ ਜੀ? ਇਹਦਾ ਇਹਦਾ ਮੁੱਲ ਵੀਰ ਜੀ ਆਪਾਂ 28,000 ਰੁਪਇਆ ਕਰਦੇ ਆ। 28,000 ਕਰਦੇ ਆ? ਮੌਕੇ 'ਤੇ ਮਾਨ ਤਾਂ ਜ਼ਰੂਰ ਕਰੋਗੇ, ਹੈ ਜੀ? ਆ ਨੰਬਰ ਤੁਹਾਡਾ ਦੇ ਕੇ ਜਾਵਾਂਗੇ, ਠੀਕ ਹੈ ਜੀ। ਚਲੋ ਵੀਰ ਜੀ, 2 ਨੰਬਰ ਵਾਲੀ ਫਿਰ ਦੱਸੋ ਜੀ। ਇਹ ਵੀਰ ਜੀ ਸਾਲ ਦੀ ਆ? ਸਾਲ, 1 ਸਾਲ ਦੀ ਆ। ਇਹ ਸੁਭਾਅ ਤੇ ਡਿਪੈਂਡ ਕਰਦਾ ਜੀ। ਹਾਂਜੀ ਹਾਂ, ਬਿਲਕੁਲ ਬੰਦੇ ਉਹ ਜੀ ਸੀ ਸਾਂਭਣ ਵਾਲੇ। ਬਿਲਕੁਲ ਜੀ, ਬਿਲਕੁਲ। ਤੂੰ ਬਰੀਡ ਚ ਆਉਂਦੀ ਪੂਰੀ ਚ? ਬਰੀਡ ਤੇ ਆਉਂਦੀ। ਨਿਸ਼ਾਨੀਆਂ ਹੈਗੀ, ਚਾਰੇ ਪੈਰ ਚਿੱਟੇ, ਅੱਖਾਂ ਚਿੱਟੀਆਂ। ਠੀਕ ਠੀਕ ਠੀਕ। ਹਾਂਜੀ, ਥੋੜੀ ਲਿੱਸੀ ਵੀ ਆ ਜਿਹੜੀ ਹੈਗੀ ਆ। ਨਿਸ਼ਾਨੀਆਂ ਸਾਰੇ ਆ ਗਿਆ ਨਾ ਜੀ? ਹਾਂਜੀ। ਆ ਸੂਤ ਤੇ ਵੀ ਹੈਗੀ ਥੋੜੀ ਜੀ, ਚਿੱਟੇ ਵਾਲ ਹੈਗੇ ਆ। ਤੇ ਵੀ ਜੀ ਫਿਰ ਇਹਦਾ ਕੀ ਮੁੱਲ ਹੈ ਜੀ? ਇਹਦਾ 14,000 ਕਰਦੇ। 14,000 ਕਰਦੇ, ਹੈ ਜੀ, ਠੀਕ ਹੈ। ਚਲੋ ਨੰਬਰ 3 ਵਾਲੇ ਬੋਲੋ ਜੀ। ਇਹ ਵੀ ਸਾਲ ਦੀ ਹੈ ਜੀ? ਇਹ ਵੀ 1 ਸਾਲ ਦੀ ਹੈ। ਹਾਂਜੀ ਠੀਕ ਹੈ ਜੀ। ਇਹ ਆਪਣੇ ਜੀ ਰੋਡਿਆਂ ਵਾਲਾ ਬੋਲਾ ਜਿਹੜਾ? ਹਾਂਜੀ ਹਾਂਜੀ, ਬਾਈ ਮੰਦਰ ਕੋਲੇ। ਅੱਛਾ ਜੀ, ਅੱਛਾ, ਉਹਦੀ ਕੱਟੀ ਹੈ ਜੀ ਇਹ? ਅੱਛਾ, ਉਹਨਾਂ ਦੀ ਕੱਟੀ ਹੈ। ਉਹਨਾਂ ਤੁਸੀਂ ਘਰੋਂ ਲੈ ਕੇ ਆਉਂਦੇ ਆ ਜੀ? ਨਹੀਂ, ਉਹਨਾਂ ਨੇ ਸਾਨੂੰ ਦੱਸਿਆ ਸੀਗਾ। ਅੱਛਾ, ਦੱਸਿਆ ਸੀ ਤੁਹਾਨੂੰ? ਹਾਂਜੀ ਠੀਕ ਠੀਕ ਹੈ ਜੀ। ਨਿਸ਼ਾਨੀ ਆਉਂਦੀ ਸਾਰੀਆਂ ਆ ਗਏ ਜੀ? ਹਾਂਜੀ ਹਾਂਜੀ, ਪੈਰ ਚਾਰੇ ਚਿੱਟੇ, ਅੱਖਾਂ ਚਿੱਟੀਆਂ, ਨੱਕ। ਸਹੀ ਗੱਲ ਹੈ। ਚਲੋ ਵੀਰ ਜੀ, ਹੁਣ ਤੁਸੀਂ ਐਂ ਕਰੋ, ਦੋਵੇਂ ਕੱਟੇ ਤੋਰ ਲਓ ਫਿਰ। ਤੇ ਇਹਨਾਂ ਦੋਵਾਂ ਦਾ ਫਿਰ ਮੁੱਲ ਕੀ ਹੈ ਜੀ? ਇਹ 14,000 ਹੀ ਹੈ। 14,000 ਰੁਪਈਆ ਇਹਨੇ ਦਿਓਗੇ? ਹਾਂਜੀ, ਲੈਸ ਹੋ ਜੂਗਾ ਜੀ, ਲੈਸ ਕਰ ਦੋਗੇ? ਹਾਂਜੀ ਹਾਂ, ਤੋਰ ਲਓ, ਤੋਰ ਲਓ। ਬਸ ਜੀ, ਬਸ ਲਿਓ, ਲਿਆਓ ਲਿਓ। ਬੜੇ ਚਿਰ ਪਿੱਛੋਂ ਲੈ ਕੇ ਆਉਂਦੇ ਜਾਇਰ ਕੀ ਐਨੀਮਲ? ਬਿਲਕੁਲ ਜੀ, ਬਿਲਕੁਲ, ਸਹੀ ਗੱਲ ਹੈ, ਸਹੀ। ਹਾਂ, ਇਹ ਤਾਂ ਹੈਗਾ ਜੀ। ਬਾਲੋ ਬਾਲੋ। ਚਲੋ ਵੀਰ ਜੀ, 4 ਨੰਬਰ ਵਾਲੀ ਦੱਸੋ ਜੀ। ਵੀਰ ਜੀ ਇਹ ਸਾਲ ਦੀ, ਇਹ ਵੀ ਸਾਲ ਕੋਈ ਆ? ਅੱਛਾ, ਇਹ ਵੀ 1 ਸਾਲ ਦੀ? ਹਾਂਜੀ ਠੀਕ ਹੈ ਜੀ। ਤੇ ਇਹਦਾ ਕੋਈ ਰਿਕਾਰਡ ਪਤਾ ਕੀਤਾ ਹੋਵੇ ਜੀ? ਇਹਦਾ ਨਹੀਂ ਪਤਾ ਜੀ। ਨਹੀਂ ਪਤਾ ਕੀਤਾ? ਹਾਂਜੀ, ਇਹਨਾਂ ਤਿੰਨਾਂ ਦਾ ਨਹੀਂ ਰਿਕਾਰਡ ਪਤਾ। ਨਹੀਂ ਪਤਾ ਕੀਤਾ, ਠੀਕ। ਜਿਹੜਾ ਪਤਾ ਆਪਾਂ ਉਹਦਾ ਦੱਸ ਦਿੰਦੇ ਹਾਂ। ਹਾਂਜੀ, ਇਹਨੂੰ ਵੀ ਖੋਲ ਲਓ ਫਿਰ ਵੀਰ ਜੀ। ਹਾਂ, ਖੋਲ ਦਿੰਦੇ। ਲਿਆਓ ਜੀ, ਲਿਆਓ। ਚਲੋ, ਜੋ ਕਿਸੇ ਵੀ ਨੇ ਲੈਣੇ ਹੋ ਤੁਹਾਡੇ ਨਾਲ, ਇਹਨਾਂ ਨਾਲ ਤੁਹਾਡੇ ਨਾਲ ਕੋਈ ਕੰਟੈਕਟ ਕਰ ਲੈਣਗੇ।
ਹਾਂਜੀ ਹਾਂ ਚਿੱਟਾ ਪੈਰ ਮਗਰ ਲੈ ਚਿੱਟਾ ਹਾਂਜੀ ਹਾਂ ਬਿਲਕੁਲ ਬਿਲਕੁਲ ਜੀ ਹਾਂਜੀ ਮੂਰੇ ਹੈ ਨਹੀਂ ਹੈ ਜੀ ਪਾਕਿਸਤਾਨ ਵਾਲੇ ਅੱਛਾ ਰਾਵੀ ਕਹਿੰਦੇ ਉਹ ਚੌਂਦੀ ਅੱਛਾ ਉਹਦੇ ਦੇ ਆਂਦੇ ਹਾਂਜੀ ਠੀਕ ਠੀਕ ਲੈ ਜਾਓ ਇਹਨੂੰ ਨੀਲੀ ਰਾਵੀ ਨਹੀਂ ਕਹਿ ਸਕਦੇ ਪਰ ਰਾਵੀ ਕੱਲੀ ਰਾਵੀ ਕਹਿ ਸਕਦੇ ਕੱਲੀ ਤੇ ਤੁਹਾਨੂੰ ਫਿਰ ਵੀਰ ਜੀ ਬਾਹਲੇ ਨਵਾਂ ਦੇ ਫਿਰ ਤੇ ਵੀਰ ਜੀ ਫਿਰ ਇਹਦਾ ਕੀ ਮੁੱਲ ਹੈ ਜੀ ਵੀਰ ਜੀ ਇਹਦਾ 17,000 ਪ੍ਰਾਈਸ 17,000 ਕਰਦੇ ਹਾਂਜੀ ਠੀਕ ਹੈ ਜੀ ਤੇ ਨੰਬਰ ਫਿਰ 5 ਵਾਲੀ ਆ ਜਾਓ ਜੀ ਫਿਰ 5 ਨੰਬਰ ਤੇ ਇਹ ਮੋਹਰਾਂ ਦੀ ਆ ਗਈ ਜੀ ਫਿਰ ਇਹ ਵੀਰ ਜੀ ਕੱਟਾ ਇਹ ਅੱਛਾ ਕੱਟਾ ਅੱਛਾ ਮੋਹਰਾਂ ਦਾ ਕੱਟਾ ਆ ਗਿਆ ਜੀ ਕਿਹੜਾ ਜੀ ਪੀਸੀ ਪੀਸੀ 999 ਸਰਕਾਰੀ ਸੀਮਨ ਆ ਕੋਈ ਅੱਛਾ ਠੀਕ ਹੈ ਜੀ ਠੀਕ ਹੈ ਇਹ ਡਾਕਟਰ ਤੋਂ ਆਪਾਂ ਸੀਮਨ ਲਿਆ ਸੀਗਾ ਠੀਕ ਹੈ ਜੀ ਨਹੀਂ ਤਾਂ ਆਪ ਕਰਕੇ ਆਪਾਂ ਆਪ ਹੀ ਸੀਮਨ ਲੈ ਕੇ ਆਉਂਦੇ ਆ ਮਾਲਕ ਤੋਂ ਠੀਕ ਹੈ ਜੀ ਨੀਲੀ ਰਾਵੀ ਦਾ ਮੋਹਰਾ ਦਾ ਹਾਂਜੀ 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 ਤੇ ਵੀਰ ਜੀ ਇਹਦਾ ਕੀ ਫਿਰ ਮੁੱਲ ਆ ਵੀਰ ਜੀ ਇਹਦਾ 12,000 ਮੁੱਲ 12,000 ਕਰ ਹਾਂਜੀ ਠੀਕ ਹੈ ਸਿੰਘ ਥੋੜਾ ਜਿਹਾ ਚੰਗਾ ਲੈ ਕੇ ਜਾਓਗੇ ਥੋੜਾ ਇਹਦੀ ਮਾਂ ਦਾ ਵੀ 19 ਕਿਲੋ ਮਾਂ ਦਾ ਦੁੱਧ ਸੀ ਇਹ ਅੱਛਾ 19 ਕਿਲੋ ਦੇ ਹਾਂਜੀ ਇਸ ਟਾਈਮ ਆਪਣੇ ਕੋਲੇ ਉਹ ਡਰਾਈ ਆ ਹੁਣ ਡਰਾਈ ਠੀਕ ਠੀਕ ਆਪਣੇ ਘਰ ਦਾ ਹੀ ਮਤਲਬ ਹਾਂਜੀ ਘਰ ਦਾ ਹੀ ਹੈ ਠੀਕ ਠੀਕ ਤੇ ਆ ਹੀ ਹਰਿਆਣੇ ਜਾਣੀਆਂ ਇਹ ਹਰਿਆਣੇ ਤੇ ਫਿਰ ਵੀਰ ਜੀ ਜਿਹੜੇ ਹਰਿਆਣੇ ਤੁਸੀਂ ਪਹਿਲੇ ਪੇਮੈਂਟ ਮੰਗਾਈ ਫਿਰ ਇਹਨਾਂ ਦੀ ਹਾਂਜੀ ਪੇਮੈਂਟ ਪਹਿਲਾਂ ਆ ਗਈ ਜੀ ਇਹਨਾਂ ਦੀ ਖਾਤੇ ਦੇ ਆ ਗਏ ਤੁਹਾਡੇ ਹਾਂਜੀ ਖਾਤੇ ਚ ਆ ਗਈ ਠੀਕ ਹੈ ਕਿੰਨੇ ਐਨੀਮਲ ਜਾਣੇ ਜੀ ਦੋ ਐਨੀਮਲ ਜਾਣੇ ਜੀ ਅੱਛਾ ਦੋਵੇਂ ਬਸ ਕੱਟੇ ਜਾਣੇ ਹੋਰ ਕੋਈ ਮੱਝ ਨਹੀਂ ਜਾਣੇ ਨਹੀਂ ਮੱਝ ਨਹੀਂ ਜਾਣੇ ਠੀਕ ਹੈ ਜੀ ਠੀਕ ਹੈ ਨਹੀਂ ਜੀ ਬਹੁਤ ਚੰਗੀ ਗੱਲ ਆ ਹਾਂਜੀ ਹਾਂ ਚਲੋ ਵੀਰ ਜੀ ਫਿਰ ਤੁਸੀਂ ਨੰਬਰ ਬੋਲੋ ਜੀ ਇੱਥੇ ਆ ਗਿਆ ਹਾਂਜੀ ਨੰਬਰ ਵੀਰ ਜੀ ਆਪਣਾ ਹੈਗਾ 97797 ਠੀਕ ਹੈ ਜੀ 4697 ਇੱਕ ਵਾਰ ਫਿਰ ਬੋਲ ਦਿਓ ਵੀਰ ਜੀ 97797 ਠੀਕ ਹੈ ਜੀ 4697 ਠੀਕ ਹੈ ਜੋ ਕਿਸੇ ਵੀਰ ਨੇ ਲੈਣੇ ਹੋਣਗੇ ਤੁਹਾਡਾ ਕੰਟੈਕਟ ਕਰ ਲੈਣੇ ਜੀ ਨੰਬਰ ਤੁਸੀਂ ਜ਼ਿਆਦਾ ਆਉਣ ਹੀ ਰੱਖਿਆ ਜੀ ਠੀਕ ਹੈ ਵੀਰ ਜੀ ਹਾਂ ਚਲੋ ਠੀਕ ਹੈ ਵੀਰ ਜੀ ਸਤਿ ਸ਼੍ਰੀ ਅਕਾਲ ਜੀ